ਤੇ ਗੱਲ ਸਭ ਤੋਂ ਪਹਿਲਾਂ ਗਣਤੰਤਰ ਦਿਹਾੜੇ ਦੇ ਮੌਕੇ ਤੇ ਪੰਜਾਬ ਦੀ ਚਾਕੀ ਦੇ ਮਸਲੇ ਦੀ, ਜਿਸ ਨੂੰ ਲੈ ਕੇ ਹੁਣ ਪੰਜਾਬ 'ਚ ਖੂਬ ਸਿਆਸਤ ਹੋ ਰਹੀ ਹੈ। ਦਰਅਸਲ ਥੋੜ੍ਹੀ ਦੇਰ ਪਹਿਲਾਂ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਦਿਆਂ ਸੂਬਾ ਸਰਕਾਰ ਤੇ ਸਵਾਲ ਖੜੇ ਕੀਤੇ ਸੀ ਤੇ ਕਿਹਾ ਸੀ ਕਿ ਕੋਈ ਚੰਗਾ ਕਨਸੈਪਟ ਨਹੀਂ ਸੀ ਭੇਜਿਆ ਗਿਆ, ਜਿਸ ਦੀ ਵਜ੍ਹਾ ਕਰਕੇ ਪੰਜਾਬ ਦੀ ਚਾਕੀ ਸ਼ਾਮਲ ਨਹੀਂ ਹੋ ਰਹੀ। ਇਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਹੁਣ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਸੁਨੀਲ ਜਾਖੜ ਝੂਠ ਬੋਲ ਰਹੇ ਨੇ। ਉਹਨਾਂ ਕਿਹਾ ਕਿ ਚਾਕੀਆਂ ਨੂੰ ਲੈ ਕੇ ਸੁਨੀਲ ਜਾਖੜ ਨੇ ਜੋ ਦਾਅਵਾ ਕੀਤਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ। ਮਲਵਿੰਦਰ ਕੰਗ ਨੇ ਕਿਹਾ ਕਿ ਕਈ ਨਵੇਂ ਕਨਸੈਪਟ ਭੇਜੇ ਗਏ ਸੀ, ਸ਼ਹੀਦਾਂ ਦਾ ਉਸ ਦੇ ਵਿੱਚ ਜ਼ਿਕਰ ਸੀ, ਸ਼ਹੀਦ ਭਗਤ ਸਿੰਘ ਦਾ ਉਹਨਾਂ ਨੇ ਜ਼ਿਕਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਹੋਰ ਵੀ ਸ਼ਹੀਦਾਂ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਜੋ ਨਵੇਂ ਕਨਸੈਪਟ ਬਣਾ ਕੇ ਚਾਕੀ ਦੇ ਲਈ ਕੇਂਦਰ ਨੂੰ ਭੇਜੇ ਗਏ ਸਨ, ਪਰ ਸ਼ਾਮਲ ਨਹੀਂ ਕੀਤਾ ਗਿਆ ਪੰਜਾਬ ਨੂੰ। ਇਸ ਦੇ ਬਾਵਜੂਦ ਉਹਨੇ ਕਿਹਾ ਕਿ ਸੁਨੀਲ ਜਾਖੜ ਇਸ 'ਤੇ ਸਿਆਸਤ ਕਰ ਰਹੇ ਨੇ, ਪੰਜਾਬ ਨੂੰ ਦੇ ਨਾਲ ਨਫ਼ਰਤ ਕੀਤੀ ਜਾ ਰਹੀ। ਉਹਨੇ ਕਿਹਾ ਕਿ ਸ਼ਹੀਦਾਂ ਦੇ ਨਾਲ ਬੀਜੇਪੀ ਨੂੰ ਨਫ਼ਰਤ ਹੋ ਸਕਦੀ ਹੈ, ਅਸੀਂ ਆਪਣੇ ਸ਼ਹੀਦਾਂ ਦੇ ਉੱਤੇ ਮਾਣ ਕਰਦੇ ਹਾਂ ਅਤੇ ਇਸੇ ਕਰਕੇ ਅਸੀਂ ਜਿਹੜੇ ਕਨਸੈਪਟ ਭੇਜੇ ਸੀ ਉਹ ਬਿਲਕੁਲ ਨਵੇਂ ਕਨਸੈਪਟ ਸੀ ਅਤੇ ਸ਼ਹੀਦਾਂ ਨਾਲ ਜੁੜੇ ਹੋਏ ਕਨਸੈਪਟ ਸੀ। ਪਰ ਇਸ ਦੇ ਬਾਵਜੂਦ ਕੇਂਦਰ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਿਲੈਕਟ ਨਹੀਂ ਕੀਤਾ ਗਿਆ। ਇਹ ਕਿਹਾ ਗਿਆ ਕਿ ਪੁਰਾਣਿਆਂ ਦਾ ਤਾਂ ਪਤਾ ਨਹੀਂ, ਪਰ ਅਸੀਂ ਪੰਜਾਬ ਦੇ ਲਈ ਫਿਕਰਮੰਦ ਹਾਂ, ਸ਼ਹੀਦਾਂ ਦੇ ਨਾਲ ਪੰਜਾਬ ਦਾ ਕੀ ਜਲੂਸ ਨਿਕਲਦਾ ਹੈ। ਇਹ ਸਵਾਲ ਆਮ ਆਦਮੀ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਕੀਤਾ ਗਿਆ। ਇਹ ਵੀ ਤੰਜ ਕੱਸਿਆ ਗਿਆ ਕਿ ਬੀਜੇਪੀ ਦੇ ਆਈਕਨ ਵੀਰ ਸਾਵਰਕਰ ਹੋ ਸਕਦੇ ਨੇ, ਮਾਫੀ ਵੀਰ ਹੋ ਸਕਦੇ ਨੇ, ਪਰ ਸਾਡੇ ਸ਼ਹੀਦ ਸਾਡੇ ਆਈਕਨ ਨੇ ਅਤੇ ਸਾਨੂੰ ਆਪਣੇ ਸ਼ਹੀਦਾਂ ਦੇ ਨਾਲ ਪਿਆਰ ਵੀ ਹੈ, ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ। ਪਰ ਉਹਨਾਂ ਸ਼ਹੀਦਾਂ ਦੇ ਹੀ ਕਨਸੈਪਟ ਨੂੰ ਲੈ ਕੇ ਜਦੋਂ ਅਸੀਂ ਗਣਤੰਤਰ ਦਿਹਾੜੇ ਦੀ ਚਾਕੀ ਬਾਰੇ ਕੇਂਦਰ ਨੂੰ ਭੇਜਿਆ ਤਾਂ ਉਹ ਇਸ ਨੂੰ ਰਿਜੈਕਟ ਕਰ ਰਿਹਾ ਹੈ ਅਤੇ ਇਸ ਤੋਂ ਉੱਤੇ ਹੁਣ ਸਿਆਸਤ ਜਿਹੜੀ ਹੈ ਗਰਮਾ ਚੁੱਕੀ ਹੈ। ਅਤੇ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਹਾਂ ਕਿ ਪਹਿਲਾਂ ਪੰਜਾਬ ਬੀਜੇਪੀ ਪ੍ਰਧਾਨ ਨੇ ਕੀ ਕਿਹਾ ਅਤੇ ਉਸ 'ਤੇ ਜਵਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀ ਕਿਹਾ ਗਿਆ। ਜਿਸ ਕਿਸਮ ਦੀ ਝਾਕੀ ਤਿਆਰ ਕੀਤੀ ਗਈ ਉਹ ਝਾਕੀ ਉੱਥੇ ਜਾ ਕੇ ਰਿਜੈਕਟ ਹੋ ਗਈ। ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰੇ, ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ 'ਚ ਐਡ ਕਰੋ, ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ, ਇੰਪਰੂਵ ਦਾ ਪ੍ਰੈਜੈਂਟੇਸ਼ਨ, ਇਹਨੂੰ ਕੋਈ ਸੁਧਾਰੋ, ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ। ਅਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ, ਇਹਨਾਂ ਨੇ ਅੱਜ ਜਿਹਨਾਂ ਨੂੰ ਡਿਊਟੀਜ਼ ਲਾ ਰੱਖੀਆਂ, ਜਿਹੜੇ ਇਹਨਾਂ ਦੇ ਨਾਲ ਹਾਂ 'ਚ ਹਾਂ ਮਿਲਾਉਂਦੇ ਹੈ, ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾ ਤੀ ਝਾਂਕੀ ਦੇ, ਕੇਜਰੀਵਾਲ ਸਾਹਿਬ ਦੀ ਅਤੇ ਭਗਵੰਤ ਮਾਨ ਜੀ ਦੀ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ। ਵਿਰਸਾ, ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ, ਆਹ ਨਵੀਂ ਚੀਜ਼ ਹੈ ਪੰਜਾਬ ਦੀ। ਆਹ ਝੂਠ ਬੋਲਿਆ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਨੇ ਝਾਂਕੀਆਂ ਭੇਜੀਆਂ ਸੀ 26 ਜਨਵਰੀ 'ਤੇ, ਉਹਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਝੂਠ ਬੋਲਿਆ। ਪਹਿਲੀ ਗੱਲ ਤਾਂ ਜਾਖੜ ਸਾਹਿਬ, ਕੱਲ੍ਹ ਮਾਣਯੋਗ ਮੁੱਖ ਮੰਤਰੀ ਜੀ ਨੇ ਜਿਹੜੇ ਅਸੀਂ ਕਨਸੈਪਟ ਭੇਜੇ ਸੀ ਮਾਈ ਭਾਗੋ ਦਾ, ਨਾਰੀ ਸ਼ਕਤੀ ਦਾ ਪ੍ਰਤੀਕ, ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਆਜਮ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਪੰਜਾਬ ਦਾ ਵਿਰਸਾ ਔਰ ਕਲਚਰ। ਤੁਸੀਂ ਦਲੀਲ ਦੇ ਰਹੇ ਹੋ ਕਿ ਪੰਜਾਬ ਨੂੰ ਪਹਿਲੀ ਪਿਛਲੇ ਸਾਲਾਂ 'ਚ ਵੀ ਨਕਾਰਿਆ ਗਿਆ ਔਰ ਪਿਛਲੇ ਮੁੱਖ ਮੰਤਰੀਆਂ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ। ਦੇਖੋ, ਕੈਪਟਨ ਅਮਰਿੰਦਰ ਹੋਣ ਚਾਹੇ ਬਾਦਲ ਸਾਹਿਬ ਹੋਣ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਕੀਤਾ। ਲੇਕਿਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆਪਣੇ ਪੰਜਾਬ ਨੂੰ ਲੈ ਕੇ, ਆਪਣੇ ਵਿਰਸੇ ਨੂੰ ਲੈ ਕੇ ਪੂਰੇ ਚੌਕੰਨੇ ਹੈ, ਚੌਕਸ ਹੈ ਔਰ ਫਿਕਰਮੰਦ ਹੈ। ਲੇਕਿਨ ਤੁਹਾਡੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ, ਕਿ ਕਰਤਾਰ ਸਿੰਘ ਸਰਾਭੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਹੈ, ਸ਼ਹੀਦ ਆਜਮ ਭਗਤ ਸਿੰਘ ਨਾਲ ਕਰ। ਆਮ ਆਦਮੀ ਪਾਰਟੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਝੂਠ ਬੋਲ ਰਹੇ ਨੇ, ਅਸੀਂ ਜਿਹੜੇ ਕਨਸੈਪਟ ਭੇਜੇ ਸੀ ਉਹ ਸ਼ਹੀਦਾਂ ਨਾਲ ਜੁੜੇ ਹੋਏ ਸੀ, ਮਾਈ ਭਾਗੋ ਦਾ ਵੀ ਭੇਜਿਆ ਗਿਆ ਸੀ ਪਰ ਉਸਨੂੰ ਰਿਜੈਕਟ ਕੀਤਾ ਗਿਆ। ਸਾਡੇ ਨਾਲ ਬੀਜੇਪੀ ਤੋਂ ਹਰਜੀਤ ਗਰੇਵਾਲ ਜੀ ਫੋਨ 'ਤੇ ਜੁੜਦੇ ਹਨ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਝਾਂਕੀ ਨੂੰ ਲੈ ਕੇ ਗਰੇਵਾਲ ਸਾਹਿਬ ਸਵਾਲ ਚੁੱਕੇ ਨੇ ਆਮ ਆਦਮੀ ਪਾਰਟੀ ਨੇ, ਜਾਖੜ ਸਾਹਿਬ ਨੇ ਕਿਹਾ ਕਿ ਕਿਉਂਕਿ ਸਹੀ ਕਨਸੈਪਟ ਨਹੀਂ ਭੇਜਿਆ
ਤਸਵੀਰ ਸੀਐਮ ਤੇ ਕੇਜਰੀਵਾਲ ਦੀ ਲਾਉਣ ਦੀ ਗੱਲ ਆ ਉਹਨਾਂ ਨੇ ਆਖੀ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਾਖੜ ਸਾਹਿਬ ਝੂਠ ਬੋਲ ਰਹੇ ਨੇ, ਅਸੀਂ ਤਾਂ ਸ਼ਹੀਦਾਂ ਦੇ ਕਨਸੈਪਟ ਭੇਜੇ ਸੀ, ਉਹਨਾਂ ਸ਼ਹੀਦਾਂ ਨਾਲ ਸ਼ਾਇਦ ਬੀਜੇਪੀ ਨੂੰ ਨਫ਼ਰਤ ਹੈ, ਕੀ ਕਹੋਗੇ? ਹੁਣ ਦੱਸੋ ਮਾਈ ਭਾਗੋ ਕਰਤਾਰ ਸ਼ਹੀਦ ਆਲਮ ਕਰਤਾਰ ਸਿੰਘ ਸਰਾਭਾ ਦੇ ਕੇਜਰੀਵਾਲ ਮਾਨ ਦੀ ਇਹ ਕਿੰਨੀ ਸ਼ੋਭਾ ਦਿੰਦੀ ਹੈ ਗੱਲ। ਔਰ ਮੈਂ ਤੁਹਾਨੂੰ ਦੱਸਦਾ ਝਾਕੀ ਦੇ ਕੀ ਹੈ, ਕਮੇਟੀ ਬਣੀ ਹੁੰਦੀ ਹੈ, ਉਹਦੇ ਮਾਪਦੰਡ ਹੁੰਦੇ ਆ ਕੁਛ, ਉਹ ਮਾਪਦੰਡ ਜਿਹੜੀ ਅਸੀਂ ਭੇਜਦੇ ਹਾਂ ਉਹ ਖਰੇ ਰਸਤੇ ਨਾਲ ਚਾਹੀਦੇ। ਜਦੋਂ ਇਹ ਤਾਂ ਇੱਥੇ ਕੀ ਆਮ ਆਦਮੀ ਪਾਰਟੀ ਦਾ ਪ੍ਰੋਬਲਮ ਕੀ ਹੈ ਕਿ ਨਾ ਖਾਤਾ ਨਾ ਬਹੀ, ਜੋ ਆਮ ਆਦਮੀ ਪਾਰਟੀ ਕਹੇ ਉਹ ਸਹੀ, ਇਸ ਤਰ੍ਹਾਂ ਨਹੀਂ ਚੱਲਿਆ ਜਾਂਦਾ। ਤੇ ਉਹਨਾਂ ਤੋਂ ਜਾ ਕੇ ਗੱਲ ਕਰਨੀ ਸੀ, ਇਹ ਤਾਂ ਕੇਜਰੀਵਾਲ ਦੀ ਉਂਗਲੀ ਫੜ ਕੇ ਭਗਵੰਤ ਮਾਨ ਜੀ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਘੁੰਮ ਰਹੇ ਸੀ ਵੋਟਾਂ ਮੰਗਦੇ ਬਾਹਰ ਦੂਜਿਆਂ ਤੇ, ਉਹਨਾਂ ਨੂੰ ਝਾਕੀ ਦੀ ਵੱਲ ਚਾਹੀ ਨਹੀਂ ਸੀ। ਬਾਦਲ ਸਾਹਿਬ ਨੇ ਜਦੋਂ ਕੋਈ ਗੱਲ ਕਰਨੀ ਹੁੰਦੀ ਸੀਗੀ ਉਹ ਅੱਗੇ ਆ ਖਰੀਦ ਹੁੰਦੀ ਹੈ ਨਾ ਐਮ ਐਸ ਪੀ ਦੀ, ਛੇ ਮਹੀਨੇ ਉਹਨਾਂ ਤੋਂ ਤਿਆਰੀ ਕਰਦੇ ਹਾਂ ਕਿ ਇਸ ਤਰ੍ਹਾਂ ਬੈਠ ਕੇ ਉਹਦੇ ਕੰਸਰਨ ਮਿਨਿਸਟਰ ਡਿਊਟੀ ਲਾ ਕੇ ਦੇਖਦੇ ਰਹੇ। ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਨਾ ਇਹਨਾਂ ਨੂੰ ਬੰਦ ਹੋਣੇ ਦਾ ਪਤਾ, ਨਾ ਇਹਨਾਂ ਨੂੰ ਪਤਾ ਇੱਦਾਂ ਝਾਕੀ ਨਹੀਂ ਦਿੱਤਾ ਇਹਨਾਂ ਅਹਿਬਾਬ ਗਰੇਵਾਲ ਜੀ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਤੋਂ। ਅਹਿਬਾਬ ਜੀ ਸਵਾਗਤ ਹੈ ਤੁਹਾਡਾ। ਝਾਂਕੀ ਨੂੰ ਲੈ ਕੇ ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ ਬੀਜੇਪੀ ਤੋਂ, ਉਹ ਕਹਿ ਰਹੇ ਨੇ ਕਿ ਤਸਵੀਰ ਸੀਐਮ ਤੇ ਕੇਜਰੀਵਾਲ ਸਾਹਿਬ ਦੀ ਲਾ ਕੇ ਭੇਜੀ ਗਈ, ਉਹ ਜਿਹੜੇ ਮਾਪਦੰਡ ਨੇ ਉਹ ਕਹਿੰਦੇ ਵੀ ਮਾਪਦੰਡ ਤੇ ਖਰੀ ਨਹੀਂ ਉਤਰੀ, ਇਸ ਕਰਕੇ ਰਿਜੈਕਟ ਹੋਈ ਹੈ। ਮੈਨੂੰ ਨਹੀਂ ਪਤਾ ਸੀ ਕਿ ਡਿਫੈਂਸ ਮਿਨਿਸਟਰੀ ਵਾਲੀ ਕਮੇਟੀ ਬੀਜੇਪੀ ਦੇ ਪ੍ਰਵਕਤਾ, ਉਹਨਾਂ ਵੀ ਦੱਸਦੀ ਕਿ ਸੀਐਮ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਫੋਟੋ ਸੀ, ਪਹਿਲੀ ਗੱਲ। ਦੂਜੀ ਗੱਲ, ਇਹਨਾਂ ਦੇ ਮਾਪਦੰਡ ਤੇ ਸਾਡੇ ਮਾਪਦੰਡ ਬਿਲਕੁਲ ਅੱਡ ਨੇ ਜੀ। ਸਾਡੇ ਮਾਪਦੰਡ ਇਹ ਨੇ ਕਿ ਦੇਸ਼ ਸ਼ਬਦ ਹੈ, ਇਹ ਗੁਲਦਸਤਾ ਹੈ ਤੇ ਤਿਰੰਗੇ ਦੇ ਤਿੰਨ ਰੰਗ ਨੇ, ਇਹਨਾਂ ਦੇ ਮਾਪਦੰਡ ਹੈਗੇ ਹੋਰ। ਬੇਸਿਕਲੀ ਇਹ ਜਿਹੜੀ ਸੋਚ ਤੇ ਵਿਚਾਰਧਾਰਾ ਦੀ ਲੜਾਈ ਹੈ, ਸਾਡੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਦੇਸ਼ ਇਨਕਲੂਸਿਵ ਹੈ, ਸਭ ਦਾ ਤੇ ਸਭ ਨੂੰ ਬਰਾਬਰ ਦਾ ਹੱਕ ਹੈ। ਇਹ ਉਸ ਵਿਚਾਰਧਾਰਾ ਨੂੰ ਨਹੀਂ ਮੰਨਦੇ, ਨਾ ਹੀ ਇਹ ਉਹ ਕੁਰਬਾਨੀਆਂ ਨੂੰ ਮੰਨਦੇ ਆ, ਜੇ ਨਾ ਹੀ ਇਹ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਕੁਰਬਾਨੀ, ਨਾ ਹੀ ਮਾਈ ਭਾਗੋ ਨੂੰ ਮੰਨਦੇ ਆ, ਨਾ ਹੀ ਇਹ ਸ਼ੇਖ ਫਰੀਦ ਨੂੰ ਮੰਨਦੇ ਆ, ਇਹ ਕਿਸੇ ਵੀ ਚੀਜ਼ ਨੂੰ ਨਹੀਂ ਮੰਨਦੇ ਜਿਹੜੀ ਇਨਕਲੂਸਿਵਿਟੀ ਦੀ ਗੱਲ ਕਰਦੇ ਹੋਵੇ। ਸੋ ਇਹ ਬਾਅਦ ਚੋਂ ਬਹਾਨੇ ਲਾ ਦੇਣ ਕਿ ਮਾਪਦੰਡ ਤੇ ਖਰੇ ਨਹੀਂ ਉਤਰਦੀ ਸੀ। ਮੈਂ ਥੋੜ੍ਹਾ ਜਿਹਾ ਇਹਨਾਂ ਚਾਨਣਾ ਪਾ ਦਾਂ ਗਰੇਵਾਲ ਸਾਹਿਬ ਨੂੰ ਕਿ ਜਨਰਲ ਨਵਰਾਣੇ ਸੀਗੇ ਆਰਮੀ ਚੀਫ, ਉਹਨਾਂ ਨੇ ਕਿਤਾਬ ਲਿਖੀ ਹੈ ਕਿ ਜਦੋਂ ਸਾਨੂੰ ਦੱਸਿਆ ਗਿਆ ਨਾ ਕਿ ਅਗਨੀਵੀਰ ਸਕੀਮ ਲਾਂਚ ਕਰਨੀ, ਸਾਡੇ ਲਈ ਝਟਕਾ ਸੀ ਤੇ ਏਅਰਫੋਰਸ ਤੇ ਨੇਵੀ ਲਈ ਵੱਧ ਝਟਕਾ ਸੀ ਕਿਉਂਕਿ ਉਹਨਾਂ ਨੂੰ ਟ੍ਰੇਨਡ ਪਰਸਨਲ ਚਾਹੀਦੇ ਆ। ਕਹਿੰਦੇ ਸਾਨੂੰ ਰਫ ਸ਼ਾਟ ਕਰਕੇ ਇੰਪਲੀਮੈਂਟ ਕਰਤੀ, ਉਦੋਂ ਬਾਅਦ ਸਾਨੂੰ ਕਿਹਾ ਕਿ ਜਾਓ ਜਾ ਕੇ ਜਰਨੈਲਾਂ ਨੂੰ ਕਿਹਾ ਤੁਸੀਂ ਡਿਫੈਂਡ ਕਰੋ, ਅੱਜ ਉਹ ਕਿਤਾਬ ਨਹੀਂ ਸਿੱਖਣ ਇਹ ਛਪਣ ਦੇ ਰਹੇ। ਸੋ ਮਾਪਦੰਡਾਂ ਦੀ ਗੱਲ ਜੇ ਬੀਜੇਪੀ ਨਾ ਕਰੇ ਤਾਂ ਬਿਹਤਰ ਰਵਾਂਗੇ, ਬਿਕੋਜ਼ ਦੇ ਆਰ ਨਾਟ ਪ੍ਰੀਵੀ ਟੂ ਰੋਜ਼ ਕਨਵਰਸੇਸ਼ਨ। ਮੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਜਾਂ ਕਿਸੇ ਵੀ ਓਪੋਜੀਸ਼ਨ ਰੂਲ ਸਟੇਟਸ ਸਿਵਾਏ ਝਾਰਖੰਡ ਤੇ ਆਂਧਰਾ ਦੇ ਹੋਰ ਕਿਸੇ ਵੀ ਓਪੋਜੀਸ਼ਨ ਰੂਲ ਸਟੇਟ ਦੀ ਝਾਂਕੀ ਨਹੀਂ ਗਈ, ਐਂਡ ਕਿਸੇ ਦੇ ਵੇਲੇ ਹੁੰਦਾ ਸੀ ਨਹੀਂ ਹੁੰਦਾ ਸੀ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਇਸ ਵਿਚਾਰਧਾਰਾ ਦੇ ਵਾਸ਼ਕ ਹਾਂ ਐਂਡ ਅਸੀਂ ਦੇਸ਼ ਸੈਕੁਲਰਿਜ਼ਮ ਨਹੀਂ ਖਤਮ ਹੋਣ ਲਗਾਂਗੇ। ਸਾਡੇ ਲਈ ਫਖਰ ਦੀ ਗੱਲ ਹੈ ਜੇ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਜਾ ਕੇ ਸਾਰੇ ਦੇਸ਼ 'ਚ ਇਹਨਾਂ ਦੀ ਨਫ਼ਰਤ ਦੀ ਰਾਜਨੀਤੀ ਖਿਲਾਫ ਲੜ ਰਹੇ ਆ। ਸੋ ਇਹ ਹੁਣ ਬਹਾਨੇ ਨੇ ਜਿੰਨੇ ਮਰਜ਼ੀ ਮਾਰੀ ਜਾਣ, ਪੰਜਾਬ ਬੀਜੇਪੀ ਜਰਾ ਇਹ ਵੀ ਕਲੀਅਰ ਕਰ ਦੇਵੇ ਕਿ ਚਾਹੁੰਦੇ ਸੀ ਕਿ ਪੰਜਾਬ ਵਿੱਚ ਝਾਂਕੀ ਜਾਵੇ ਕਿ ਨਾ ਜਾਵੇ, ਕਿ ਇਹਨਾਂ ਨੇ ਇਹੀ ਗੱਲਾਂ ਕਰੀਆਂ ਨੇ। ਗਰੇਵਾਲ ਸਾਹਿਬ, ਪੰਜਾਬ ਬੀਜੇਪੀ ਚਾਹੁੰਦੀ ਹੈ ਕਿ ਝਾਂਕੀ ਹੋਣੀ ਚਾਹੀਦੀ ਸੀ, ਉਹ ਕਹਿੰਦੇ ਕਿ ਮਾਪਦੰਡ ਸਿਰ ਪੰਜਾਬ ਨੂੰ ਲੈ ਕੇ ਵੱਖਰੇ ਕਿਉਂ ਨੇ? ਗੱਲ ਸੁਣੋ ਮੇਰੀ ਧਿਆਨ ਨਾਲ ਜੀ। ਇੱਕ ਤਾਂ ਇਹ ਸਿਸੋਦੀਆ ਜਿਹੜੇ ਅੱਜ ਨੇ ਕਹਿੰਦੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬਰਾਬਰ, ਇਹ ਸ਼ਹੀਦਾਂ ਦਾ ਇੰਨਾ ਸਤਿਕਾਰ ਕਰਦੇ ਆ। ਔਰ ਦੂਸਰੀ ਗੱਲ ਜਿਹੜੀ ਇਹ ਝਾਂਕੀ ਹੋਣੀ ਚਾਹੀਦੀ ਹੈ, ਬੜੀ ਮਨਪਾ ਦੀ ਗੱਲ ਆ, ਇਹ ਪੰਜਾਬ ਸਰਕਾਰ ਦੀ ਲਾਕੀ ਹੈ, ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ।
ਔਰ ਸਰਕਾਰ ਨੂੰ ਚਾਹੁੰਦੇ ਨੇ ਪਰਫੋਰਮੈਂਸ ਦੀ ਕਮੀ ਹੈ ਤੇ ਆਪਣੀ ਗਲਤੀ ਤਾਂ ਇਹਨਾਂ ਨੇ ਕਦੇ ਨੀ ਮੰਨਣੀ। ਇਹਨਾਂ ਦਾ ਦੂਜਿਆਂ ਤੇ ਕੀ ਕਹਿਣਾ ਹੈਗਾ ਵੀ ਕਾਰਨ ਇਹਨਾਂ ਕੋਲ ਔਰ ਸੱਚੀ ਗੱਲ ਇਹਨਾਂ ਨੇ ਕਦੇ ਨੀ ਦੱਸਣੀ ਵੀ ਕਮੀ ਕੀ ਹੋਈ ਇਹਨਾਂ ਵਿੱਚ ਤੇ ਅੱਗੇ ਧੱਕਾ ਇਸ ਤਰ੍ਹਾਂ ਦਾ ਧੱਕਾ ਚਲਾ ਜਾਂਦਾ ਹੁੰਦਾ ਤੇ ਜਿੰਨੀਆਂ ਗੱਲਾਂ ਕਰਦੇ ਆ ਉਹ ਅਨ ਡੈਮੋਕ੍ਰੇਟਿਕ ਨੇ ਔਰ ਪ੍ਰੋਫੈਸ਼ਨਲਿਜ਼ਮ ਦੀ ਕੋਈ ਗੱਲ ਨਹੀਂ ਹੈ ਔਰ ਸਰਕਾਰ ਪਰਫੋਰਮ ਨਹੀਂ ਕਰ ਪੜੇਗੀ ਇਹ ਦਿੱਕਤ ਹੈਗੀ ਆ। ਸ਼ਹੀਦ ਭਗਤ ਸਿੰਘ ਦਾ ਜ਼ਿਕਰ ਕੀਤਾ, ਕਰਤਾਰ ਸਿੰਘ ਸਰਾਭੇ ਦਾ, ਉਹ ਕਹਿੰਦੇ ਕਿ ਇਹ ਸਾਡੇ ਸ਼ਹੀਦ ਨੇ, ਅਸੀਂ ਸਤਿਕਾਰ ਕਰਦੇ ਹਾਂ ਤੇ ਇਹਨਾਂ ਨਾਲੋਂ ਚੰਗਾ ਕਨਸੈਪਟ ਪੰਜਾਬ ਦੇ ਹਿਸਾਬ ਨਾਲ ਹੋਰ ਕੀ ਹੋ ਸਕਦਾ। ਸਾਡੇ ਉਹ ਗੌਰਮੈਂਟ ਚੱਲ ਰਿਹਾ ਉਹਨਾਂ ਦਾ ਪੂਰਾ ਫਖਰ ਕਰਦੀ ਹੈ ਪੂਰੀ ਕੌਮ ਉਹਨਾਂ ਜਹਾਜ਼ਾਂ ਤੇ ਔਰ ਬੱਕਰੇ ਕੌਮ ਨੇ ਠੀਕ ਹੈ ਔਰ ਇਹ ਉੱਥੇ ਬਿਗਲ ਵਜਾਉਣ ਦੇ ਸੀ ਠੀਕ ਹੈ ਬਹੁਤ ਧੰਨਵਾਦ ਉਹਨਾਂ ਨੇ ਪਹਿਲੀ ਵਾਰ ਗੱਲ ਸੁਣ ਕੇ। ਠੀਕ ਹੈ ਅਹਿਬਾਬ ਜੀ, ਗਰੇਵਾਲ ਸਾਹਿਬ ਕਹਿੰਦੇ ਕਿ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ, ਤੁਸੀਂ ਪੁੱਛਿਆ ਸੀ ਕਿ ਪੰਜਾਬ ਬੀਜੇਪੀ ਚਾਹੁੰਦੀ ਵੀ ਹੈ ਕਿ ਪੰਜਾਬ ਦੀ ਝਾਕੀ ਜਾਵੇ, ਉਹ ਕਹਿੰਦੇ ਅਸੀਂ ਬਿਲਕੁਲ ਚਾਹੁੰਦੇ ਹਾਂ ਜਾਵੇ, ਪਰ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਸਰਕਾਰ ਦੇ ਵਿੱਚ ਉਹ ਨਜ਼ਰ ਨਹੀਂ ਆਇਆ ਉਹ ਕਹਿ ਰਹੇ। ਬਿਲਕੁਲ ਪ੍ਰੋਫੈਸ਼ਨਲਿਜ਼ਮ ਤਾਂ ਸਾਡੇ ਜਾਣ ਤੋਂ ਬਾਅਦ ਅਸੀਂ ਸਾਰੇ ਅਫਸਰ ਨਵੇਂ ਭਰਤੇ ਕਰ ਲੈਣਾ ਜੀ, ਸਾਰੇ ਪੰਜਾਬ ਦੇ PCS IAS ਅਫਸਰ ਜਦੋਂ ਅਸੀਂ ਆਏ ਅਸੀਂ ਸਾਰੇ ਭਰਤੀ ਕੀਤੇ ਆ, ਇਹਨਾਂ ਵਾਲੇ ਸਾਰੇ ਕੱਢ ਤੇ, ਕਿਹੋ ਜਿਹੀਆਂ ਗੱਲਾਂ ਕਰਦੇ, ਉਹੀ ਪ੍ਰੋਫੈਸ਼ਨਲ ਪਹਿਲਾਂ ਸੀ ਉਹੀ ਪ੍ਰੋਫੈਸ਼ਨਲ ਹੁਣ ਨੇ, ਪਹਿਲੀ ਗੱਲ। ਦੂਜੀ ਗੱਲ ਇਹ ਗੱਲ ਕਰਦੇ ਜੀ ਕਿ ਇਹ ਧੱਕਾ ਕਰਦੇ ਡੈਮੋਕ੍ਰੈਟਿਕ ਨੇ, ਤੇ ਡੈਮੋਕ੍ਰੈਟਿਕ ਹੋਣਾ ਮਤਲਬ ਇਹ ਹੁੰਦਾ ਕਿ ਸਾਰੀ ਓਪੋਜੀਸ਼ਨ ਨੂੰ ਬਾਹਰ ਕੱਢ ਕੇ ਇਹੋ ਜਿਹੇ ਕਾਨੂੰਨ ਪਾਸ ਕਰੋ ਜਿਹਦੇ 'ਚ ਤੁਸੀਂ ਸਾਰੀ ਦੁਨੀਆ ਨਾਲ ਧੱਕਾ ਕਰ ਸਕਦੇ ਹੋ, ਜਿਹਦੇ 'ਚ ਤੁਸੀਂ ਕਿਸੇ ਨੂੰ 90-90 ਦਿਨ ਲਈ ਪੁਲਿਸ ਰਿਮਾਂਡ ਚਾਹੁੰਦੇ, ਚਲੋ ਉਹ ਵੀ ਓਪੋਜੀਸ਼ਨ ਕੱਢ ਕੇ ਬਿਨਾਂ ਬਹਿਸ ਤੋਂ ਕਰ ਲਏ, ਕੋਈ ਗੱਲ ਨਹੀਂ, ਉਹ ਵੀ ਠੀਕ ਕਰਨ ਦੀ ਗੱਲ। ਮੈਂ ਇਹ ਬਿਗਲ ਦੀ ਗੱਲ ਕਰਦੇ ਹਾਂ ਸਰ ਜੀ, ਬਿਗਲ ਨੂੰ ਨਾ ਲਾਸਟ ਪੋਸਟ ਕਿਹਾ ਜਾਂਦਾ, ਕਿਸੇ ਵੀ ਫੌਜੀ ਜਾਂ ਪੁਲਿਸ ਵਾਲੇ ਤੋਂ ਪੁੱਛ ਲਿਓ, ਇਹ ਸ਼ਹਾਦਤ ਨੂੰ ਸੈਲੀਬ੍ਰੇਟ ਕਰਨ ਲਈ ਬਜਾਇਆ ਜਾਂਦਾ, ਚਲੋ ਇੱਕ ਥੋੜ੍ਹਾ ਜਿਹਾ ਕੋਈ ਮਰਿਆਦਾ ਦਾ ਕੋਈ ਗੱਲ ਸੀਗੀ, ਜਥੇਦਾਰ ਸਾਹਿਬ ਨੇ ਉੱਤੇ ਉਤਰਾਜ਼ ਕੀਤਾ ਸੀਗਾ ਤੇ ਉਹ ਵਿਦਡਰਾਅ ਕਰ ਲਿਆ ਗਿਆ। ਸੋ ਇਹਦੇ 'ਚ ਇਹ ਤੁਸੀਂ ਰਹਿਣ ਦਿਓ ਕਿ ਤੁਸੀਂ ਸ਼ਹੀਦਾਂ ਦੀ ਇੱਜ਼ਤ ਕਰਦੇ ਹੋ ਕਿ ਨਹੀਂ ਰਹਿੰਦੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਹਾਈਜੈਕ ਕਰਦੇ ਹੋ ਤੇ ਅਪਰੋਪਰੀਏਟ ਕਰਦੇ ਹੋ, ਪਹਿਲਾਂ ਅਸੀਂ ਜਾਤ ਪਾਤ ਨਹੀਂ ਮੰਨਦੇ, ਫਿਰ ਅਡਰ ਜਾਤਾਂ ਦੇ ਆਈਕਨ ਨੂੰ ਅਪਰੋਪਰੀਏਟ ਕਰਦੇ ਹੋ, ਤੇ ਜੇ ਕਿਸੇ ਦਿਨ ਸ਼ਹਾਦਤਾਂ ਦੀ ਵੀ ਬਹਿਸ ਕਰਨੀ ਹੋਵੇ, ਮੈਂ ਗਰੰਟੀ ਦਿੰਦਾ ਸਾਰੇ BJP ਦੇ ਪ੍ਰਵਕਤਾ ਬਹਿ ਜਾਣ, ਇਹਨਾਂ ਨਾਲ ਗੱਲਬਾਤ ਵੀ ਕਰ ਲਾਂਗੇ ਕਿ ਕਿਸ ਤਰ੍ਹਾਂ ਉਹਦੀ ਸ਼ਹਾਦਤਾਂ ਨੂੰ, ਕਿਉਂਕਿ ਉਹ ਤਾਂ ਸੈਕੂਲਰ ਇੰਡੀਆ ਲਈ ਲੜ ਰਹੇ ਸੀ ਨਾ ਜੀ, ਉਹ ਤਾਂ ਇੱਕ ਡੈਮੋਕ੍ਰੈਟਿਕ ਇੰਡੀਆ ਲਈ ਲੜ ਰਹੇ ਸੀ, ਜਿੱਥੇ ਥੋੜ੍ਹੇ ਜਿਹੇ ਲੋਕਾਂ ਦੇ ਹੱਥ ਸਾਰਾ ਧਨ ਰਾਸ਼ੀ ਨਾਲ ਚੱਲ ਜਾਵੇ, ਪਰ 20 ਲੱਖ ਕਰੋੜ ਰੁਪਈਆ ਦੇ ਤਾ ਜੀ ਆਪਣੇ ਮਿੱਤਰਾਂ ਨੂੰ, ਕੀ ਕਰ ਸਕਦੇ ਹਾਂ। ਸੋ ਪ੍ਰੋਫੈਸ਼ਨਲਿਜ਼ਮ ਦੀ ਜਾਂ ਹੋਰ ਕਿਸੇ ਚੀਜ਼ ਦੀਆਂ ਗੱਲਾਂ ਇਹ ਨਾ ਹੀ ਕਰਨ ਤਾਂ ਬਿਹਤਰ, ਸਾਡੀ ਤਾਂ ਇੰਨੀ ਕੁ ਬੇਨਤੀ ਹੈ ਕਿ ਜਿਹੜਾ ਪੰਜਾਬ ਨਾਲ ਵਿਤਕਰਾ ਕਰ ਰਹੇ ਹੋ, ਕੋਈ ਗੱਲ ਨਹੀਂ, ਝਾਕੀ ਨਹੀਂ ਜਾਣ ਦਿੱਤੀ, ਕੋਈ ਗੱਲ ਨਹੀਂ, ਪਰ ਹੁਣ ਪੰਜਾਬ ਦੇ ਪੈਸੇ ਦੇ ਦਿਓ ਪ੍ਰੋਫੈਸ਼ਨਲ ਹੋ ਕੇ। ਠੀਕ ਹੈ ਅਹਿਬਾਬ ਜੀ, ਮੇਰੀ ਬੇਨਤੀ ਹੈ ਅਗਰੇਵਾਲ ਸਾਹਿਬ ਤੁਸੀਂ ਵੀ ਬਣੇ ਰਹੋ, ਸਾਡਾ ਸੁਖਵਿੰਦਰ ਕੋਟਲੀ ਜੀ ਜੁੜੇ ਨੇ ਕਾਂਗਰਸ ਪਾਰਟੀ ਤੋਂ, ਇੱਕ ਵਾਰੀ ਇਹਨਾਂ ਦਾ ਪੱਖ ਵੀ ਜਾਣ ਲਈਏ। ਕੋਟਲੀ ਜੀ, ਸਵਾਗਤ ਹੈ ਤੁਹਾਡਾ। ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੋ ਰਹੀ ਫਿਰ ਮੁੜ ਕੇ, ਜਿਹੜੇ BJP ਕਹਿ ਰਹੀ ਹੈ ਕਿ ਜਿਹੜਾ ਪੈਮਾਨੇ ਦੇ ਉੱਤੇ ਸਹੀ ਨਹੀਂ ਉਤਰੀ, ਜਿਹੜੇ ਕੇਂਦਰ ਨੇ ਪੈਮਾਨਾ ਤੈਅ ਕੀਤਾ ਹੋਇਆ, ਇਸ ਕਰਕੇ ਰਿਜੈਕਟ ਹੋਈ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਦੇ ਨਾਲ, ਇਸ ਕਰਕੇ ਪੰਜਾਬ ਦੀ ਝਾਕੀ ਸ਼ਾਮਿਲ ਨਹੀਂ ਹੋ ਰਹੀ, ਤੁਹਾਡਾ ਕੀ ਕਹਿਣਾ ਇਸ ਮਸਲੇ ਤੇ? ਦੇਖੋ, ਮੈਂ ਇਸ ਸੰਬੰਧ ਦੇ ਅੰਦਰ ਕਹਿਣਾ ਚਾਹਨਾ ਕਿ ਪੈਮਾਨਾ ਕੋਈ ਵੀ ਹੋਵੇ, ਕੀ ਭਾਰਤੀ ਜਨਤਾ ਪਾਰਟੀ ਨੂੰ ਭੁੱਲ ਗਿਆ ਕਿ ਪੰਜਾਬ ਦੇ ਲੋਕਾਂ ਨੇ ਅਣਗਿਣਤ ਕੁਰਬਾਨੀਆਂ ਇਸ ਦੇਸ਼ ਦੀ ਆਜ਼ਾਦੀ ਦੇ ਨੂੰ ਦਵਾਉਣ ਦੇ ਲਈ ਕੀਤੀਆਂ? ਇੱਥੇ ਅਨੇਕਾਂ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪੰਜਾਬ ਦੇ ਅੰਦਰ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਦਸਮ ਪਾਤਸ਼ਾਹ ਨੇ ਸਾਨੂੰ ਲੜਨਾ ਸਿਖਾਇਆ। ਇਹ ਇੱਕ ਬਹਾਦਰ
ਸਟੇਟ ਹੈ, ਇੱਥੇ ਦੇ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਖੂਨ ਦੇ ਅੰਦਰ ਕੁਰਬਾਨੀ ਦਾ ਜਜ਼ਬਾ, ਲੜਾਈ ਦਾ ਜਜ਼ਬਾ, ਆਜ਼ਾਦੀ ਦਾ ਜਜ਼ਬਾ, ਜ਼ੁਲਮ ਦੇ ਖਿਲਾਫ਼ ਲੜਨ ਦਾ ਜਜ਼ਬਾ ਹੈ। ਕੀ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਭੁੱਲ ਗਈ? ਪੈਮਾਨਾ ਕੀ ਹੋਵੇ ਇਹਦੇ ਲਈ ਸਰਕਾਰਾਂ ਨੇ ਤੈਅ ਨਹੀਂ ਕਰਨਾ ਹੁੰਦਾ ਕਿ ਇਹ ਪੈਮਾਨਾ ਹੈ ਜਾਂ ਨਹੀਂ ਹੈ। ਉਸ ਜਜ਼ਬੇ ਨੂੰ ਸਲਾਮ ਕਰਨ ਦੇ ਲਈ ਉਸ ਸਟੇਟ ਦੀ ਪ੍ਰਤੀਨਿਧਤਾ ਨੂੰ ਜਿਹੜਾ ਉਹ ਅੱਗੇ ਰੱਖਣਾ ਹੁੰਦਾ ਹੈ। ਹਾਂ, ਜੇ ਕਿਤੇ ਪੈਮਾਨੇ ਦੇ ਅੰਦਰ ਕੋਈ ਕਮੀ ਪੇਸ਼ੀ ਹੈ ਤਾਂ ਮੇਰੇ ਖਿਆਲ ਦੇ ਅੰਦਰ ਸਰਕਾਰ ਉਹਨਾਂ ਨੂੰ ਕਹਿ ਸਕਦੀ ਹੈ ਕਿ ਤੁਸੀਂ ਬਈ ਆਹ ਕਮੀ ਪੇਸ਼ੀ ਜਿਹੜੀ ਇਹਦੇ ਅੰਦਰ ਹੈ ਇਹਨੂੰ ਦੂਰ ਕਰ ਦਿੱਤਾ ਜਾਵੇ। ਪਰ ਪੰਜਾਬ ਨੂੰ ਅਣਗੌਲਣਾ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਆ। ਪੰਜਾਬ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਦੇ ਲਈ ਇਹ ਬਹੁਤ ਵੱਡੀ ਖਿਲਵਾੜ ਹੈ। ਜਿੱਥੋਂ ਤੱਕ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਮਾਮਲੇ ਦੇ ਉੱਤੇ ਤੁਰੰਤ ਸਰ ਪਾਰਟੀ ਮੀਟਿੰਗ ਵੀ ਬੁਲਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਹਿੱਤ ਦੀ, ਪੰਜਾਬ ਦੇ ਜਜ਼ਬੇ ਦੀ, ਪੰਜਾਬ ਦੀ ਕੁਰਬਾਨੀਆਂ ਦੀ ਜਿਹੜੀ ਹੈ ਉਹ ਅਸੀਂ ਗੱਲ ਕਰ ਸਕੀਏ। ਇਹਦੇ ਲਈ ਕੋਈ ਪੈਮਾਨਾ ਹੋਵੇ ਨਾ ਹੋਵੇ, ਲੇਕਿਨ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਜਾਣ ਬੁੱਝ ਕੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਹੈ ਉਹ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਗਰੇਵਾਲ ਸਾਹਿਬ ਬੈਠੇ ਨੇ, ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੈ ਕਿ ਦੇਖੋ ਸਾਡਾ ਪੈਸਾ ਨਹੀਂ ਦਿੱਤਾ ਜਾ ਰਿਹਾ। ਹੁਣ ਉਹ ਕਿਹੜਾ ਇਕੱਲਾ ਸਰਕਾਰ ਨੇ ਬਈ ਜਿਹੜਾ ਆ ਉਹ ਜ਼ਿੰਮੇਵਾਰ ਹੈ, ਤਾਂ ਉਹਦੇ ਲਈ ਪੰਜਾਬ ਦਾ ਪੈਸਾ ਵੀ ਦਿੱਤਾ ਜਾਣਾ ਚਾਹੀਦਾ, ਪੰਜਾਬ ਦੇ ਲਈ ਵਿਤਕਰਾ ਵੀ ਬੰਦ ਹੋਣਾ ਚਾਹੀਦਾ, ਔਰ ਸਾਡੀ ਝਾਕੀ ਜਿਹੜੀ ਹੈ ਉਹ ਸਾਡੀ ਸ਼ਹਾਦਤਾਂ ਨੂੰ ਦਰਸਾਉਂਦੀ, ਸਾਡੇ ਜਜ਼ਬੇ ਨੂੰ ਦਰਸਾਉਂਦੀ, ਪੰਜਾਬ ਦੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ, ਜਿਹਨਾਂ ਤੋਂ ਲੋਕਾਂ ਨੇ ਪ੍ਰੇਰਣਾ ਲੈ ਕੇ 26 ਜਨਵਰੀ ਨੂੰ ਉਹਨਾਂ ਝਾਕੀਆਂ ਤੋਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ, ਦੇਸ਼ ਦੇ ਲਈ ਕੁਰਬਾਨੀ ਕਰਨੀ, ਦੇਸ਼ ਦੇ ਲਈ ਖੜਨਾ, ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਔਰ ਪੰਜਾਬ ਦੀ ਝਾਕੀ ਨੂੰ ਜਿਹੜਾ ਆ ਉਹਦੇ ਅੰਦਰ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਆ। ਅਜਿਹਾ ਕਾਂਗਰਸ ਦੇ ਵੇਲੇ ਵੈਸੇ ਕਦੇ ਹੋਇਆ ਨਹੀਂ ਹੈ, ਪਰ ਜੇ ਕੋਈ ਚਲੋ ਕਮੀ ਪੇਸ਼ੀ ਹੈ, 26 ਜਨਵਰੀ ਬਹੁਤ ਦੂਰ ਹੈ, ਤਾਂ ਉਹਦੇ ਅੰਦਰ ਕੋਈ ਜਿਹੜੀ ਉਹ ਕਮੀ ਪੇਸ਼ੀ ਉਹਨੂੰ ਦੂਰ ਕਰ ਲਿਆ ਜਾਣਾ ਚਾਹੀਦਾ, ਪਰ ਸਾਨੂੰ ਅਣਗੌਲਿਆ ਨਹੀਂ ਜਾਣਾ ਚਾਹੀਦਾ। ਠੀਕ ਹੈ, ਹਰਜੀਤ ਗਰੇਵਾਲ ਜੀ। ਪਹਿਲੀ ਗੱਲ ਤਾਂ ਇਹ ਆ ਕਿ ਉਹ ਸ਼ਹੀਦਾਂ ਦੇ ਨਾਲ ਇੱਥੇ ਫਰੰਟ ਤੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਲੱਗਣੀ ਚਾਹੀਦੀ ਹੈ ਉਹਦੇ ਤੇ ਕੀ? ਦੂਸਰਾ ਜਿਹੜਾ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ, 8,000 ਕਰੋੜ ਰੁਪਇਆ ਕੇਂਦਰ ਦਾ ਪੰਜਾਬ ਕੋਲ ਆ ਕੇ ਪਿਆ, ਔਰ ਪੰਜਾਬ ਦੇ ਵਿਕਾਸ ਤੇ ਖਰਚ ਹੋਣ ਲਈ, ਪੰਜਾਬ ਦੇ ਲੋਕਾਂ ਤੇ ਖਰਚ ਹੋਣ ਲਈ ਉਹ ਲੈਬ ਸੋ ਕੇ ਜਾ ਰਿਹਾ, ਕੀ ਉਹਦੇ ਬਾਰੇ ਕੋਈ ਗੱਲ? ਜਿਹੜਾ ਪੈਸਾ ਨਹੀਂ ਆਇਆ ਉਹਦਾ ਰੋਣਾ ਰੋ ਰਹੇ ਆ, ਜਿਹੜਾ ਆਇਆ ਹੋਇਆ ਉਹਦਾ ਵੀ ਇਹਨਾਂ ਨੂੰ ਜਵਾਬ ਤੇ ਪੁੱਛੀ ਤੇ ਆਪਣੀ ਲਓ ਦੇ ਦਿੰਦੇ ਜੀ ਜਵਾਬ ਆਣ ਕੀ ਗੱਲ। ਠੀਕ ਹੈ ਅਹਿਬਾਬ ਜੀ, ਜਵਾਬ ਦੇ ਦਿਓ। ਦੇਖੋ ਜੀ, ਪਹਿਲੀ ਗੱਲ ਮੈਨੂੰ ਨਵਾਬ ਜੀ ਮੈਨੂੰ ਜਵਾਬ ਇੱਕ ਮਿੰਟ ਦੇਣ ਦਿਓ ਪਲੀਜ਼। ਜੇ ਪੈਸਾ ਤੁਸੀਂ ਭੇਜਿਆ ਪੰਜਾਬ ਦਾ ਪੈਸਾ, ਗਰੇਵਾਲ ਸਾਹਿਬ ਕਹਿ ਰਹੇ ਨੇ, ਹਰਜੀਤ ਗਰੇਵਾਲ ਸਾਹਿਬ ਬਹੁਤ ਚੰਗੇ ਇਨਸਾਨ ਨੇ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ। ਜੇ ਉਹਦੇ ਅੰਦਰ, ਮੈਂ ਪਹਿਲਾਂ ਹੀ ਕਿਹਾ ਕਿ ਅਗਰ ਉਹ ਕੇਸ ਕਾਰਨ ਜਿਹੜਾ ਆ ਉਹ ਵਾਪਸ ਗਿਆ ਤਾਂ ਉਹਦੇ ਲਈ ਸਰਕਾਰ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਸਰਕਾਰ ਤਾਂ ਮੰਗ ਕਰ ਰਹੀ ਹੈ ਕਿ ਸਾਡਾ ਪੈਸਾ ਰਿਲੀਜ਼ ਕਰੋ। ਫਿਰ ਕਿਸ ਕਾਰਨ ਜਿਹੜਾ ਪੈਸਾ ਖਰਾਬ ਹੋਇਆ ਵਾਪਸ ਗਿਆ, ਖਿਲਾਫ਼ ਕਾਰਵਾਈ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਇਸ ਕਰਕੇ ਗਰੇਵਾਲ ਸਾਹਿਬ ਇਸ ਗੱਲ ਨੂੰ ਲੁਕੋਇਆ ਛੁਪੋਇਆ ਬਿਲਕੁਲ ਨਹੀਂ ਜਾ ਸਕਦਾ। ਔਰ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਉਹਦੇ ਉੱਤੇ ਫਲਾਨੇ ਦੀ ਫੋਟੋ ਜਾਂ ਫਲਾਨੇ ਦੀ ਫੋਟੋ ਨਹੀਂ ਹੋਣੀ ਚਾਹੀਦੀ, ਇਹੀ ਮੈਂ ਗੱਲ ਕਹੀ ਹੈ ਕਿ ਉਹਦੇ ਅੰਦਰ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਮਿਲ ਬੈਠ ਕੇ ਸਰਕਾਰਾਂ ਦੂਰ ਕਰ ਸਕਦੀਆਂ, ਪਰ ਪੰਜਾਬ ਨੂੰ ਅਣਗੌਲਿਆ ਨਾ ਕਰੋ। ਅਹਿਬਾਬ ਜੀ ਜੀ, ਦੇਖੋ ਟੋਟਲ ਬਹਾਨਾ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਫੋਟੋ ਲੱਗਣੀ ਹੈ, ਕਦੋਂ ਲੱਗਦੀਆਂ ਨੇ ਸੀਐਮ ਦੀਆਂ ਫੋਟੋਆਂ ਤੇ ਆਂਕੀਆਂ ਕਿੱਧਰ ਲਈਆਂ? ਇਹ ਤਾਂ ਕੋਈ ਨਾ ਕੋਈ ਬਹਾਨਾ ਲੱਭ ਲਓ
ਦੂਜਾ ਸਰ ਦੇਖੋ ਵਿਚਾਰਧਾਰਾ ਦੀ ਗੱਲ ਹੈ, ਇਹਨਾਂ ਦੀ ਵਿਚਾਰਧਾਰਾ ਉਹ ਸੀ ਜਿਹੜੀ ਅੰਗਰੇਜ਼ਾਂ ਤੋਂ ਮਾਫ਼ੀ ਮੰਗ ਕੇ ਇਹ ਕਹਿ ਰਹੇ ਸੀ ਕਿ ਅਸੀਂ ਤੁਹਾਡੇ ਲੋਇਲ ਸਬਜੈਕਟ ਬਣ ਕੇ ਰਵਾਂਗੇ, ਕਿਤੇ ਵੀ ਜਨਸੰਘ ਨੇ ਜਾਂ ਇਹਨਾਂ ਦੀ ਪੇਰੈਂਟ ਨੇ ਕਿਤੇ ਵੀ ਕਦੇ ਵੀ ਆਜ਼ਾਦੀ ਦੇ ਅੰਦੋਲਨ 'ਚ ਹਿੱਸਾ ਨਹੀਂ ਲਿਆ। ਸੋ ਇਹਨਾਂ ਨੂੰ ਸ਼ਹਾਦਤਾਂ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਗਿਆਨ ਹੋਣਾ ਜਾਂ ਕਿਸੇ ਤਰੀਕੇ ਦੀ ਭਾਵਨਾ ਹੋਣੀ, ਆਪਾਂ ਉਹੀ ਬਸ ਬੈਠ ਕੇ ਆ ਕੇ ਬੀਨ ਬਜਾਣੇ ਕੀ ਬਾਤ ਹੈ। ਇਹਨਾਂ ਦੀ ਜਿਹੜੀ ਵਿਚਾਰਧਾਰਾ, ਪੈਸੇ ਲੈਪਸ ਹੋ ਗਏ, ਵਾਪਸ ਨਹੀਂ ਗਏ, ਕਿਹੋ ਜਿਹੇ ਬਹਾਨੇ ਲਾ ਰਹੇ, ਕੋਈ ਤਰਕ ਵਾਲੀ ਗੱਲ ਕਰੋ। ਕੋਈ ਵੀ ਸਰਕਾਰ ਇਹੋ ਜਿਹੀ ਹੈ ਜਿਹੜੀ ਉਹ ਫੰਡ ਨਹੀਂ ਖਰਚਦੀ? ਤੁਸੀਂ ਤਾਂ ਸਾਡੇ ਫੰਡ ਰੋਕੀ ਹੈ ਨਾ, ਤੁਸੀਂ ਫਾਲਤੂ ਦੇ ਕੇ ਵਾਪਸ ਲੈਪਸ ਕਰਕੇ ਵਾਪਸ ਮੁੜ ਗਏ ਜੀ, ਬਿਕੋਜ਼ ਤੁਸੀਂ ਕੰਡੀਸ਼ਨੈਲਿਟੀ ਇਹੋ ਜਿਹੀਆਂ ਇੰਪੋਸੀਬਲ ਇੰਪੋਜ਼ ਕਰ ਦਿੰਦੇ ਹੋ ਕਿ ਨਾ ਹੋ ਪਾਵੇ। ਸੋ ਅਸੀਂ, ਸਾਡੀ ਇਹੀ ਪ੍ਰਾਰਥਨਾ ਹੈ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਪੰਜਾਬ ਦੀ ਝਾਂਕੀ ਨਹੀਂ ਜਾਣਦੇ। ਕੋਟਲੀ ਜੀ ਨੇ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਰਬ ਪਾਰਟੀ ਮੀਟਿੰਗ ਸੱਦ ਕੇ ਪੰਜਾਬ ਦਾ ਪੱਖ ਜਿਹੜਾ ਰੱਖਣਾ ਚਾਹੀਦਾ ਮਜ਼ਬੂਤੀ ਨਾਲ ਕੇਂਦਰ ਕੋਲ, ਤਾਂ ਜੋ ਪੰਜਾਬ ਦੀ ਝਾਂਕੀ ਸ਼ਾਮਲ ਕਰਵਾਈ ਜਾ ਸਕੇ। ਮੇਰੀ ਗੱਲ ਸੁਣੋ, ਉਹ ਤਾਂ ਇਹਨਾਂ ਨੇ ਕਲੋਜ਼ ਕਰਤਾ ਚੈਪਟਰ, ਸਮਝੋ ਉਹ ਆਪਾਂ ਜਿੰਨਾ ਮਰਜ਼ੀ ਕਹਿ ਲਈ ਉਹ ਇਹ ਕਰ ਚੁੱਕੇ ਆ। ਇਹ ਇਹੋ ਜਿਹੀ ਪੈਟੀ ਚੀਜ਼ਾਂ ਕਰਦੇ ਆ ਜਿਹਨੂੰ ਆਪਾਂ ਕਹਿੰਦੇ ਪੈਟੀ ਗੱਲਾਂ, ਕਿ ਆਪੋਜੀਸ਼ਨ ਨੂੰ ਅੱਜ ਕੱਲ੍ਹ ਇਹਨਾਂ ਦੇ ਪ੍ਰਵਕਤਾ ਕਹਿ ਰਹੇ ਸੀ ਉੱਥੇ ਜੀ ਦੇਖੋ ਡਿਗਨੇਟਰੀਜ਼ ਨੇ ਆਉਣਾ ਹੋਰ ਕੰਟਰੀਜ਼ ਤੋਂ, ਤੇ ਉੱਥੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ 'ਚ ਤਾਂ ਸੈਕੂਲਰਿਜ਼ਮ ਦੇ ਫਸਟ 'ਚ ਵੀ ਬੈਠੇ ਆ, ਤਾਂ ਇਹ ਤਾਂ ਚੰਗਾ ਨਹੀਂ ਹੋਊਗਾ। ਜੇ ਉਹਨਾਂ ਨੂੰ ਅਜਿਹਾ ਲੱਗ ਗਿਆ ਕਿ ਇੱਥੇ ਸੰਵਿਧਾਨ ਨੂੰ ਪੂਜਣ ਵਾਲੇ ਵੀ ਬੈਠੇ ਆ, ਇੱਥੇ ਸ਼ਹੀਦਾਂ ਨੂੰ ਵਧੀਆ ਮੰਨਣ ਵਾਲੇ ਵੀ ਬੈਠੇ ਆ, ਉਹ ਤਾਂ ਠੀਕ ਨਹੀਂ ਹੋਊਗਾ, ਕਿ ਇਹਨਾਂ ਦੇ ਪ੍ਰਵਕਤਾ ਕਹਿ ਰਹੇ ਸੀਗੇ ਰਾਤ। ਸੋ ਮੇਰਾ ਤੁਹਾਡੇ ਚੈਨਲ 'ਤੇ ਰਿਕਾਰਡਿੰਗ ਕੱਢ ਲਿਓ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਬਹਾਨੇਬਾਜ਼ੀਆਂ ਤੁਸੀਂ ਬੰਦ ਕਰ ਦਿਓ। ਚਲੋ ਤੁਸੀਂ ਝਾਂਕੀ ਨਹੀਂ ਆਣ ਦਿੱਤੀ 24 'ਚ, ਅਸੀਂ ਤੁਹਾਡਾ ਇੱਕ ਵਾਰੀ ਕਟਾਕਟੀ ਕੱਢ ਕੇ ਅਗਲੀ ਵਾਰੀ ਅਸੀਂ 25 'ਚ ਵੱਡੀ ਝਾਂਕੀ ਕੱਢਾਂਗੇ। ਸਾਰੇ ਦੇਸ਼ ਦੀਆਂ ਜਿੰਨੀਆਂ ਇਸ ਦੇਸ਼ 'ਚ ਸੈਕੂਲਰਿਜ਼ਮ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ ਅਤੇ ਜਿੰਨੇ ਪ੍ਰਾਂਤ ਨੇ, ਉਹ ਸਭ ਦੀਆਂ ਝਾਂਕੀਆਂ ਹੋਣਗੀਆਂ, ਅਸੀਂ ਅਸ਼ੋਰ ਕਰਦੇ ਹਾਂ। ਐਂਡ ਅਸੀਂ ਤੁਹਾਨੂੰ ਇੱਕ ਗੱਲ ਕਹਿੰਦੇ ਹਾਂ ਕਿ ਦੇਖੋ, ਹੱਥ ਦੇਖੋ ਜ਼ਿਆਦਾ ਵੈਰ ਹੁੰਦਾ, ਇਹ ਤਾਂ ਛੋਟਾ ਜਿਹਾ ਤੁਸੀਂ ਇੱਕ ਬਹਾਨਾ ਬਣਾਇਆ, ਕੋਈ ਗੱਲ ਨਹੀਂ, ਪੰਜਾਬ ਦੇ ਲੋਕਾਂ ਨੇ ਜਿਵੇਂ ਤੁਸੀਂ ਹੱਕ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਤੁਹਾਨੂੰ ਕਦੇ ਮਾਫ਼ ਨਹੀਂ ਕੀਤਾ ਜਾਏਗਾ ਅਤੇ 24 ਤੁਹਾਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਏਗਾ। ਸ਼ੁਕਰੀਆ ਬਾਬ ਜੀ, ਹਰਜੀਤ ਗਰੇਵਾਲ, ਸੁਖਵਿੰਦਰ ਕੁੱਟ ਜੀ, ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਸੋ ਬੀਜੇਪੀ ਕਹਿ ਰਹੀ ਹੈ ਕਿ ਜਿਹੜੇ ਪੈਮਾਨੇ ਸੀ ਉਹਨਾਂ 'ਤੇ ਖਰਿਆ ਨਹੀਂ ਉਤਰੀ, ਇੱਕ ਫੋਟੋ ਦਾ ਵੀ ਜ਼ਿਕਰ ਆ ਰਿਹਾ। ਆਮ ਆਦਮੀ ਪਾਰਟੀ ਫੋਟੋ ਤੋਂ ਸਾਫ਼ ਇਨਕਾਰ ਕਰੀ ਹੈ ਕਿ ਕੋਈ ਕਦੇ ਫੋਟੋ ਨਹੀਂ ਲੱਗੀ ਅਤੇ ਨਾ ਹੀ ਕੋਈ ਲੱਗਣੀ ਸੀ। ਇਹ ਜਾਣ ਬੁੱਝ ਕੇ ਪੰਜਾਬ ਨੂੰ ਜਿਹੜਾ ਹੈ ਉਹ ਅਣਗੌਲਿਆਂ ਕੀਤਾ ਜਾ ਰਿਹਾ ਹੈ, ਅਤੇ ਇਸ ਵਾਰ ਜਿਹੜੀ 26 ਜਨਵਰੀ ਦੇ ਮੌਕੇ ਝਾਕੀਆਂ ਨਿਕਲੀਆਂ ਨੇ ਉਹਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੋ ਰਹੀ। ਬੀਜੇਪੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਸਹੀ ਤਰੀਕੇ ਨਾਲ ਉੱਥੇ ਪੈਮਾਨਿਆਂ 'ਤੇ ਖੜੀ ਨਹੀਂ ਉਤਰੀ, ਇਸ ਕਰਕੇ ਝਾਕੀ ਸ਼ਾਮਲ ਨਹੀਂ ਹੋ ਰਹੀ। ਜਦਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਪੰਜਾਬ ਨੂੰ ਅਣਗੌਲਿਆਂ ਕਰਨਾ ਚਾਹੁੰਦੀ ਹੈ, ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ। ਪਹਿਲਾਂ ਦੀ ਤਰ੍ਹਾਂ ਉਹੀ ਪ੍ਰੋਫੈਸ਼ਨਲ ਨੇ, ਉਹੀ ਅਫਸਰ ਨੇ, ਉਹੀ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਪਹਿਲਾਂ ਝਾਕੀਆਂ ਜਿਨ੍ਹਾਂ ਦੇ ਸਮੇਂ ਨਿਕਲਦੀਆਂ ਸੀ ਜੋ ਤਿਆਰ ਕਰਦੇ ਸੀ, ਅਤੇ ਹੁਣ ਵੀ ਸ਼ਹੀਦਾਂ ਦਾ ਜ਼ਿਕਰ ਸੀ। ਮਾਈ ਭਾਗੋ ਦਾ ਕਨਸੈਪਟ ਭੇਜਿਆ ਗਿਆ ਸੀ ਕਿ ਉਹਨਾਂ ਦੇ ਜੀਵਨ ਦੇ ਉੱਤੇ ਚਾਨਣਾ ਪਾਉਂਦੀ ਝਾਕੀ ਕੱਢਣੀ ਹੈ, ਤਾਂ ਉਹਨਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ, ਰਿਜੈਕਟ ਕਰ ਦਿੱਤਾ ਗਿਆ, ਅਤੇ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਸਿਰਫ ਸਿਆਸਤ ਕਰ ਰਹੀ ਹੈ, ਪੰਜਾਬ ਨੂੰ ਸਾਈਡਲਾਈਨ ਕਰਨਾ ਚਾਹੁੰਦੀ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਹੁੰਦੇ ਵਿਤਕਰੇ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਮਹਾਨ ਸ਼ਹੀਦਾਂ ਨੂੰ ਵਿਖਾਏ ਬਿਨਾਂ ਕਿਵੇਂ ਕੋਈ ਕੌਮੀ ਸਮਾਗਮ ਜਿਹੜਾ ਹੈ ਉਹ ਪੂਰਾ ਹੋ ਸਕਦਾ ਹੈ, ਅਤੇ ਸ਼ਹੀਦਾਂ ਦੀ ਧਰਤੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ।